नमस्कार खबर के इस बुलेटिन तो स्वागत है मैं गीता सक्सेना पहला पेश ने चुनवी खबरा विदेश मंत्री डॉक्टर एस जयशंकर यूरोप की अपनी यात्रा लिए दूजे पड़ा तहत अज आस्ट्रिया पुजन गए भारतीय जनता पार्टी के कौमी जनरल सक्र तरुण चुग ने पंजाब सरकार के बिजली बिला के नाते लुकन ठगन का दोष लगया ਗੁਜਰਾਤ ਵਿੱਚ ਹੋਈ ਇੱਕ ਸੜਕ ਹਾਦਸੇ ਵਿੱਚ 9 ਵਿਅਕਤੀਆਂ ਦੀ ਮੌਤ ਮੌਸਮ ਵਿਭਾਗ ਨੇ ਕੱਲ ਤੋਂ ਠੰਡ ਦੇ ਹੋਰ ਜ਼ੋਰ ਫੜਨ ਦੀ ਸੰਭਾਵਨਾ ਦੱਸੀ ਤੇ ਹੁਣ ਖਬਰਾਂ ਵਿਸਥਾਰ ਨਾਲ ਵਿਦੇਸ਼ ਮੰਤਰੀ ਡਾਕਟਰ ਐਸ ਜੇ ਸ਼ੰਕਰ ਆਪਣੀ ਯੂਰਪੀ ਯਾਤਰਾ ਦੇ ਦੂਸਰੇ ਪੜਾਅ ਤਹਿਤ ਅੱਜ ਆਸਟਰੀਆ ਪਹੁੰਚਣਗੇ ਵਿਦੇਸ਼ ਮੰਤਰੀ 3 ਜਨਵਰੀ ਤੱਕ ਆਸਟਰੀਆ ਦੇ ਦੌਰੇ ਤੇ ਰਹਿਣਗੇ ਪਿਛਲੇ 22 ਸਾਲਾਂ ਵਿੱਚ ਕਿਸੇ ਭਾਰਤੀ ਵਿਦੇਸ਼ ਮੰਤਰੀ ਦਾ ਇਹ ਪਹਿਲਾ ਦੌਰਾ ਹੈ ਇਸ ਦੌਰੇ ਦੌਰਾਨ ਵਿਦੇਸ਼ ਮੰਤਰੀ ਆਸਟਰੀਆ ਦੇ ਚਾਂਸਲਰ ਨਾਲ ਮੁਲਾਕਾਤ ਕਰਨਗੇ ਇਸ ਦੇ ਨਾਲ ਹੀ ਐਸ ਜੇ ਸ਼ੰਕਰ ਆਸਟਰੀਆ ਦੇ ਅੰਤਰਰਾਸ਼ਟਰੀ ਮਾਮਲਿਆਂ ਦੇ ਮੰਤਰੀ ਐਲਿਕਜ਼ੈਂਟਰ ਸਾਲੇਨ ਵਰਗ ਨਾਲ ਮੁਲਾਕਾਤ ਕਰਨ ਤੋਂ ਇਲਾਵਾ ਚੈਕ ਰਿਪਬਲਿਕ ਅਤੇ ਸਲਵਾਕੋ ਰਿਪਬਲਿਕ ਦੇ ਵਿਦੇਸ਼ ਮੰਤਰੀਆਂ ਦੇ ਨਾਲ ਵੀ ਮੁਲਾਕਾਤ ਕਰਨਗੇ ਆਸਟਰੀਆ ਤੋਂ ਪਹਿਲਾਂ ਡਾਕਟਰ ਐਸ ਜੇ ਸ਼ੰਕਰ ਸਾਈਪਰਸ ਦੇ ਦੌਰੇ ਤੇ ਨੇ ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾਕਟਰ ਮਨਸੂਖ ਮਾਂਡਵਿਆ ਨੇ ਕਿਹਾ ਹੈ ਕਿ ਆਯੁਸ਼ਮਨ ਭਾਰਤ ਸੇ ਤਤੇ ਅਰੋਗ્ય ਕੇਂਦਰ ਤੋਂ ਦੇਸ਼ ਭਰ ਵਿੱਚ ਹੁਣ ਤੱਕ 134 ਕਰੋੜ ਤੋਂ ਵੱਧ ਲੋਕ ਲਾਭ ਲੈ ਚੁੱਕੇ ਨੇ ਇਹ ਕੇਂਦਰ ਸਾਰੇ ਲੋਕਾਂ ਨੂੰ ਮੁਫਤ ਹੀ ਸਿਹਤ ਦੇਖਪਾਲ ਸੇਵਾ ਮੁਫਤ ਉਪਲਬਧ ਕਰਵਾ ਰਹੇ ਨੇ ਉਹਨੇ ਕਿਹਾ ਕਿ 86 ਕਰੋੜ ਤੋਂ ਵੱਧ ਲਾਭਪਾਤਰੀਆਂ ਨੇ ਗੈਰ ਕਮਿਨਕੇਬਲ ਬਿਮਾਰੀ ਲਈ ਟੈਸਟ ਕੀਤੇ ਗਏ ਇਨ੍ਹਾਂ ਵਿੱਚ ਤਕਰੀਬਨ 3 ਕਰੋੜ ਹਾਈ ਬਲੱਡ ਪ੍ਰੈਸ਼ਰ 25 ਕਰੋੜ ਤੋਂ ਵੱਧ ਸ਼ੂਗਰ ਅਤੇ 17 ਕਰੋੜ ਤੋਂ ਵੱਧ ਮੂੰਹ ਦੇ ਕੈਂਸਰ ਨਾਲ ਸੰਬੰਧਿਤ ਟੈਸਟ ਸ਼ਾਮਲ ਨੇ ਡਾਕਟਰ ਮਾਂਡਵਿਆ ਨੇ ਕਿਹਾ ਕਿ ਦੇਸ਼ ਵਿੱਚ ਆਯੂਸ਼ਮਨ ਭਾਰਤ ਸਿਹਤ ਤੇ Arogya ਕੇਂਦਰਾ ਦੀ ਗਿਣਤੀ 1.5 ਲੱਖ ਤੋਂ ਪਾਰ ਹੋ ਗਈ ਹੈ ਉਹਨਾਂ ਦੱਸਿਆ ਕਿ ਨਾ ਕੇਂਦਰਾ ਤੋਂ 8 ਕਰੋੜ 50 ਲੱਖ ਤੋਂ ਵੱਧ ਟੈਲੀ ਸਲਾਹ ਰਾਹੀਂ ਜਾਣਕਾਰੀ ਲਈ ਗਈ ਈ ਸੰਜੀਵਨੀ ਰਾਹੀਂ ਰੋਜ਼ਾਨਾ ਤਕਰੀਬਨ 4 ਲੱਖ ਟੈਲੀ ਸਲਾਹ ਲਈ ਜਾ ਰਹੀ ਹੈ ਕੇਂਦਰ ਸਰਕਾਰ ਨੇ ਡਾਕਰ ਬਚਤ ਸਕੀਮਾਂ ਤੇ ਵਿਆਜ ਦਰ 1 ਜਨਵਰੀ ਤੋਂ 7.1% ਤੱਕ ਵਧਾਈਏ ਇਹ ਵਾਦਾ ਮੌਜੂਦਾ مالیਵਰੇ ਦੀ ਚੌਥੀ ਧਿਮਾਹੀ 1 ਜਨਵਰੀ 2023 ਤੋਂ ਵਾਫਕ ਛੋਟੀਆਂ ਬਚਤ ਸਕੀਮਾਂ ਤੇ ਲਾਗੂ ਹੋਵੇਗਾ 5 ਸਾਲਾ ਨੈਸ਼ਨਲ ਸੇਵਿੰਗ ਸਰਟੀਫਿਕੇਟ ਤੇ ਵਿਆਜ ਦੀ ਦਰ 6.8% ਤੋਂ ਵਧਾ ਕੇ 7% ਕਰ ਦਿੱਤੀ ਗਈ ਹੈ ਵਿੱਤ ਮੰਤਰਾਲੇ ਨੇ ਕਿਹਾ ਹੈ ਕਿ ਸੀਨੀਅਰ ਸਿਟੀਜ਼ਨ ਸਕੀਮ ਦਾ ਵਿਆਜ ਵੀ 7.6% ਤੋਂ ਵਧਾ ਕੇ 8% ਕੀਤਾ ਗਿਆ ਹੈ MISA स्कीम ਤੇ ਹੁਣ ਵਿਆਜ ਦਰ 6.7% ਦੇ ਬਜਾਏ 7.1% ਹੋਵੇਗਾ। ਕਿਸਾਨ ਵਿਕਾਸ ਪੱત્રਾਂ ਦੀ ਪੁਨਾਉਣ ਦੀ ਮਿਆਦ 120 ਮਹੀਨੇ ਹੋਵੇਗੀ ਹਾਲਾਂਕਿ PPF, ਸੁकन्या समृद्धि ਅਤੇ ਸੇਵਿੰਗ ਡਿਪੋਜ਼ਿਟ ਦੀਆਂ ਵਿਆਜ ਦਰਾਂ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ। UIDAI ਨੇ ਕਿਹਾ ਹੈ ਕਿ ਸੋਸ਼ਲ ਮੀਡੀਆ ਤੇ ਹੋਰ ਜਨਤਕ ਮੰਚਾਂ ਤੇ ਆਧਾਰ ਕਾਰਡ ਨੂੰ ਸਾਂਝਾ ਨਹੀਂ ਕੀਤਾ ਜਾਣਾ ਚਾਹੀਦਾ। ਇਲੈਕਟ੍ਰੋਨਿਕਸ ਤੇ ਸੂਚਨਾ ਟੈਕਨੋਲੋਜੀ ਮੰਤਰਾਲਾ ਅਨੁਸਾਰ ਆਧਾਰ ਕਾਰਡ ਨੂੰ ਕਿਸੇ ਵੀ ਅਣਜਾਣ ਵਿਅਕਤੀ ਜਾਂ ਸੰਸਥਾ ਨੂੰ ਆਧਾਰ OTP ਨਹੀਂ ਦੱਸਣਾ ਚਾਹੀਦਾ ਇਸ ਤੋਂ ਇਲਾਵਾ ਆਧਾਰ ਦਾ ਪਿੰਨ ਵੀ ਕਿਸੇ ਨੂੰ ਦੱਸਣ ਤੋਂ ਬਚਿਆ ਜਾਣਾ ਚਾਹੀਦਾ ਮੰਤਰਾਲਾ ਮੁਤਾਬਕ ਆਧਾਰ ਕਾਰਡ ਤਾਰਕਨ ਉਪਲਬਧ ਫਾਇਦੇ ਤੇ ਸੇਵਾਵਾਂ ਲੈਣ ਲਈ ਗੁਪਤ ਤਰੀਕੇ ਨਾਲ ਆਧਾਰ ਦੀ ਵਰਤੋਂ ਕਰਨੀ ਚਾਹੀਦੀ ਹੈ ਆਧਾਰ ਨਿਵਾਸੀਆਂ ਲਈ ਡਿਜੀਟਲ ਪਛਾਣੇ ਅਤੇ ਆਫਲਾਈਨ ਜਾਂ ਆਨਲਾਈਨ ਪਛਾਣ ਸਥਾਪਿਤ ਕਰਨ ਦੇ ਕੰਮ ਵਿੱਚ ਆਉਂਦਾ ਹੈ ਮੰਤਰਾਲਾ ਨੇ ਕਿਹਾ ਕਿ UIDAI ਕੁਝ ਸਮੇਂ ਲਈ ਆਧਾਰ ਬੰਦ ਕਰਨ ਦੀ ਸਹੂਲਤ ਉਪਲਬਧ ਕਰਵਾਉਂਦਾ ਹੈ ਅਤੇ ਜੇਕਰ ਕੋਈ ਕੁਝ ਸਮੇਂ ਲਈ ਆਧਾਰ ਦੀ ਵਰਤੋਂ ਨਹੀਂ ਕਰਨਾ ਚਾਹੁੰਦਾ ਤਾਂ ਉਹ ਇਸ ਨੂੰ ਕੁਝ ਸਮੇਂ ਲਈ ਬੰਦ ਕਰਵਾ ਸਕਦਾ ਹੈ ਦੇਸ਼ ਵਿੱਚ ਪਿਛਲੇ 24 ਘੰਟੇ ਦੌਰਾਨ ਕੋਵਿਡ-19 ਦੇ ਕੁੱਲ 268 ਨਵੇਂ ਮਾਮਲੇ ਸਾਹਮਣੇ ਆਏ ਨੇ ਕੇਂਦਰੀ ਸਿਹਤ ਮੰਤਰਾਲੇ ਨੇ ਕਿਹਾ ਕਿ ਇਸ ਸਮੇਂ ਦੌਰਾਨ 179 ਲੋਕ ਸਿਹਤਯਾਬ ਵੀ ਹੋ ਚੁੱਕੇ ਨੇ ਦੇਸ਼ ਵਿੱਚ ਹੁਣ ਸਿਹਤਯਾਬ ਹੋਣ ਦੀ ਦਰ 98.8% ਦੇ ਮੰਤਰਾਲੇ ਅਨੁਸਾਰ ਇਸ ਵੇਲੇ ਦੇਸ਼ ਵਿੱਚ 3653 ਕੋਵਿਡ ਨੂੰ ਦੇ ਐਕਟ ਮਾਮਲੇ ਨੇ ਮੰਤਰਾਲੇ ਨੇ ਕਿਹਾ ਹੈ ਕਿ ਰਾਸ਼ਟਰੀ ਵਿਆਪੀ ਟਿਕਾਕਰਨ ਮਹਿੰਮ ਤਹਿਤ ਪਿਛਲੇ 24 ਘੰਟੇ ਦੌਰਾਨ 91000 ਤੋਂ ਵੱਧ ਕੋਵਿਡ ਖੁਰਾਕਾਂ ਦਿੱਤੀਆਂ ਗਈਆਂ ਨੇ ਹੁਣ ਤੱਕ 220 ਕਰੋੜ 10 ਲੱਖ ਲੋਕਾਂ ਨੂੰ ਦੇਸ਼ ਭਰ ਵਿੱਚ ਇਹ ਖੁਰਾਕਾਂ ਦਿੱਤੀਆਂ ਚਾ ਚੁੱਕੀਆਂ ਨੇ ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰ ਸਖਤਰ ਤਰਨ ਚੁਗਰੇ ਨੇ ਕਿਹਾ ਹੈ ਕਿ ਬਿਜਲੀ ਬੀਲਾਂ ਦੇ ਨਾਂ ਤੇ ਸਮੁੱਚੇ ਪੰਜਾਬ ਨੂੰ ਠੱਗਿਆ ਜਾ ਰਿਹਾ ਹੈ ਚੰਡੀਗੜ੍ਹ ਤੋਂ ਆਜਾਰੀ ਇੱਕ ਬਿਆਨ ਵਿੱਚ ਚੋਣਾ ਕਿਹਾ ਕਿ ਅਜੇ ਵੀ ਪੰਜਾਬ ਦੇ ਹਰ ਨਾਗਰਿਕ ਨੂੰ ਜ਼ੀਰੋ ਬਿੱਲ ਨਹੀਂ ਆ ਰਿਹਾ ਬਿੱਲ ਦੇ ਨਾਂ ਤੇ ਪੂਰੇ ਪੰਜਾਬ ਨੂੰ ਠੱਗਿਆ ਜਾ ਰਿਹਾ ਹੈ ਹਜੇ ਵੀ ਪੰਜਾਬ ਦੇ ਹਰ ਨਾਗਰਿਕ ਨੂੰ ਜ਼ੀਰੋ ਬਿੱਲ ਨਹੀਂ ਆਇਆ ਔਰ ਦੂਸਰੇ ਪਾਸੇ ਜੁਰਮਾਨੇ ਨਾਲ ਬੀਤੇ ਸਾਲ ਦੇ ਆਈਟੀ ਰਿਟਰਨ ਭਰੰਦਾ ਅੱਜ ਆਖਰੀ ਦਿਨੇ ਆਮਦਨ ਕਰ ਵਿਭਾਗ ਅਨੁਸਾਰ ਜੇਕਰ 1 ਜੁਲਾਈ 2022 ਤੱਕ ਰਿਟਰਨ ਫਾਈਲ ਨਹੀਂ ਕੀਤੀ ਜਾਂ ਆਈਟੀਆਰ ਪਰੰ ਵਿੱਚ ਗਲਤੀਆਂ ਹੋਈਆਂ ਨੇ ਤਾਂ ਆਈਟੀਆਰ ਵਿੱਚ ਸੁਧਾਰ ਕੀਤਾ ਜਾ ਸਕਦਾ ਹੈ ਆਈਟੀਆਰ ਫਾਈਲ ਕਰਨ ਦੀ ਤਾਰੀਖ 31 ਜੁਲਾਈ ਸੀ ਇਸ ਤੋਂ ਬਾਅਦ ਰਿਟਰਨ ਪਰੰ ਲਈ ਜੁਰਮਾਨਾ ਵੀ ਤੈਅ ਕੀਤਾ ਗਿਆ ਹੈ ਜਿਕਰ ਹੋਗੇ ਕਿ 31 ਮਾਰਚ 2022 ਨੂੰ ਖਤਮ ਹੋ ਰਹੇ مالی ਬਰੇ ਲਈ ਸਾਰੇ ਵਿਅਕਤੀਆਂ ਜਿਨ੍ਹਾਂ ਵਿੱਚ ਪ੍ਰਵਾਸੀ ਭਾਰਤੀ ਵੀ ਸ਼ਾਮਲ ਨੇ ਉਹਨਾਂ ਦੇ ਲਈ ਅਸੈਸਮੈਂਟ ਸਾਲ 2022 ਤੇ ਲਈ ਇਨਕਮ ਟੈਕਸ ਰਿਟਰਨ ਫਾਈਲ ਕਰਨ ਦੀ ਅੱਜ ਆਖਰੀ ਤਰੀਕ ਹੈ ਨਵੇਂ ਸਾਲ 2023 ਨੂੰ ਤੁਮਤਾਮ ਨਾਲ ਮਨਾਉਣ ਦੇ ਲਈ ਲੋਕਾਂ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ। ਵਾਕਵਕ ਖਾਮਾ ਤੇ ਹੋਣ ਵਾਲੇ ਜਸ਼ਨਾਂ ਨੂੰ ਦੇਖਦਿਆਂ ਪੰਜਾਬ ਪੁਲਿਸ ਨੇ ਸੁਰੱਖਿਆ ਦੇ ਵਿੱਚ ਸਖਤ ਪ੍ਰਬੰਧ ਕੀਤੇ ਨੇ। ਆਪਣੇ ਇੱਕ ਟਵੀਟ ਵਿੱਚ ਪੁਲਿਸ ਵੱਲੋਂ ਲੋਕਾਂ ਨੂੰ ਕਾਨੂੰਨ ਵਿਵਸਥਾ ਦੀ ਪਾਲਣਾ ਕਰਦਿਆਂ ਤੇ ਸਮਾਜ ਪ੍ਰਤੀ ਆਪਣੇ ਵਚਨਬੱਧਤਾ ਨਿਭਾਉਂਦਿਆਂ ਨਵੇਂ ਸਾਲ ਦੇ ਜਸ਼ਨ ਮਨਾਉਣ ਦੀ ਸਲਾਹ ਦਿੱਤੀ ਗਈ ਹੈ। ਇਸ ਸਲਾਹ ਵਿੱਚ ਕਿਹਾ ਗਿਆ ਹੈ ਕਿ ਜਨਤਕ ਥਾਵਾਂ 'ਤੇ ਸ਼ਰਾਬ ਨਾ ਪੀਓ ਅਤੇ ਸ਼ਰਾਬ ਪੀਕੇ ਵਾਹਨ ਨਾ ਚਲਾਓ। ਅਜਨਾਲ ਹੀ ਪਾਰਟੀਆਂ ਵਿੱਚ ਹਥਿਆਰ ਨਾਲੇ ਕਿਚਾਓ ਤੇ ਨਵੇਂ ਸਾਲ ਸੰਬੰਧੀ ਆਨਲਾਈਨ ਛੁੱਟੀਆਂ ਆਫਰਵਾ ਦੇ ਚਾਂਸੇ ਵਿੱਚ ਨਾ ਆਓ ਜਾਂ ਆਫਰਾਂ ਦੇ ਚਾਂਸੇ ਵਿੱਚ ਨਾ ਆਓ ਲੋਕਾਂ ਨੂੰ ਪਾਰਟੀਆਂ ਵਿੱਚ ਅਣਪਛਾਤੇ ਲੋਕਾਂ ਤੋਂ ਸੁਚੇਤ ਰਹਿਣ ਅਤੇ ਛੋਟੇ ਬੱਚਿਆਂ ਨੂੰ ਗੱਡੀਆਂ ਨਾ ਚਲਾਉਣ ਦੀ ਸਲਾਹ ਵੀ ਦਿੱਤੀ ਗਈ ਹੈ ਕਿਸੇ ਵੀ ਹੰਗਾਮੇ ਹਾਲਾਤ ਦੀ ਸਥਿਤੀ ਵਿੱਚ ਟੈਲੀਫੋਨ ਨੰਬਰ 112 ਜਾਂ ਫਿਰ 181 ਤੇ ਇਤਲਾਹ ਦੇ ਦਿੱਤੀ ਜਾ ਸਕਦੀ ਹੈ ਪੰਜਾਬ ਸਰਕਾਰ ਨੇ ਨਗਰ ਨਿਗਮ ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੂੰ ਕੌਂਸਲਰ ਪਦ ਤੋਂ ਹਟਾ ਦਿੱਤਾ ਹੈ। ਪ੍ਰਮੁਖ ਸਕੱਤਰ ਸਥਾਨਕ ਸਰਕਾਰ ਵਿਭਾਗ ਪੰਜਾਬ ਵਿਵੇਕ ਪ੍ਰਤਾਪ ਸਿੰਘ ਨੇ ਜਾਰੀ ਹੁਕਮਦ ਵਿੱਚ ਕਿਹਾ ਕਿ ਸਰਕਾਰ ਦੇ ਸਾਹਮਣੇ ਨਗਰ ਨਿਗਮ ਮੁਹਾਲੀ ਦੇ ਮੇਅਰ ਅਮਰਜੀਤ ਸਿੰਘ ਸਿੱਧੂ ਨੂੰ ਪੰਜਾਬ ਮਿਊਂਸਪਲ ਕਾਰਪੋਰੇਸ਼ਨ ਐਕਟ 1976 ਦੀ ਧਾਰਾ 63 ਦੀ ਉਲੰਘਣਾ ਕਰਨ ਕਾਰਨ ਕੌਂਸਲਰ ਪਦ ਤੋਂ ਹਟਾਉਣ ਤੋਂ ਇਲਾਵਾ ਕੋਈ ਚਾਰਾ ਨਹੀਂ ਰਹਿ ਜਾਂਦਾ। ਇਸ ਲਈ ਪੰਜਾਬ ਦੇ ਰਾਜਪਾਲ ਨੇ ਪੰਜਾਬ ਮਿਊਂਸਪਲ ਕਾਰਪੋਰੇਸ਼ਨ ਐਕਟ 1976 ਦੀ ਧਾਰਾ 36 ਦੇ ਵਿੱਚ ਦਿੱਤੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਕਾਉਂਸਲਰ ਨੂੰ ਪਦ ਤੋਂ ਹਟਾਉਣ ਦੀ ਹੁਕਮ ਜਾਰੀ ਕੀਤੇ ਨੇ। ਗੁਜਰਾਤ ਦੇ ਨਵਸਾਰੀ ਨੇੜੇ ਪਸਥਨ ਪਿੰਡ ਲਾਕੇ ਇੱਕ ਵੱਡਾ ਸੜਕ ਹਾ사 ਵਾਪਰਿਆ ਹੈ। ਇਸ ਹਾਸੇ ਦੇ ਵਿੱਚ 9 ਵਿਅਕਤੀ ਦੀ ਮੌਤ ਹੋ ਗਈ ਅਤੇ 28 ਵਿਅਕਤੀ ਜ਼ਖਮੀ ਹੋ ਗਏ। ਬਾਸ ਅਧਿਕਾਰ ਦੀ ਟੱਕਰ ਹੋਣ ਨਾਲ ਇਹ ਹਾ사 ਹੋਇਆ ਹੈ। ਪੁਲਿਸ ਸੂਤਰਾਂ ਦੇ ਅਨੁਸਾਰ ਜ਼ਖਮੀਆਂ ਨੂੰ ਨੇੜਲੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਟਵੀਟ ਕਰਕੇ ਹਾਦਸੇ ਵਿੱਚ ਮਰਨ ਵਾਲਿਆਂ ਲਈ ਅਫਸੋਸ ਪ੍ਰਗਟ ਕੀਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਦੁਖੀ ਪਰਿਵਾਰਾਂ ਦੇ ਨਾਲ ਨੇ ਅਤੇ ਉਹਨਾਂ ਨੂੰ ਆਸ ਹੈ ਕਿ ਜ਼ਖਮੀ ਹੋਏ ਵਿਅਕਤੀ ਜਲਦੀ ਠੀਕ ਹੋ ਜਾਣਗੇ। ਪ੍ਰਧਾਨ ਮੰਤਰੀ ਦੇ ਐਮਐਨਆਰਐਫ ਵਿੱਚੋਂ ਮਰਨ ਵਾਲਿਆਂ ਦੇ ਆਸ਼ਰਿਤਾਂ ਨੂੰ 2-2 ਲੱਖ ਰੁਪਏ ਦੀ ਐਕਸ ਗ੍ਰੇਸ਼ੀਆ ਗ੍ਰਾਂਟ ਅਤੇ ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ। ਪਾਲਤੀ ਕ੍ਰਿਕਟ ਟੀਮ ਦੇ ਵਿਕਟ ਕੀਪਰ ਰਿਸ਼ਭ ਪੰਦ ਨੂੰ ਇਲਾਜ ਲਈ ਮੁੰਬਈ ਰੈਫਰ ਕੀਤਾ ਜਾ ਸਕਦਾ ਹੈ ਰੁੜਕੀ ਵਿਖੇ ਕਾਲੀਕ ਸੜਕ ਹਾਸੇ ਵਿੱਚ ਜ਼ਖਮੀ ਰਿਸ਼ਭ ਪੰਦ ਦੇਰ ਹਦੁੰਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਨੇ ਦੱਸਿਆ ਜਾਂਦਾ ਹੈ ਕਿ ਮੁੰਬਈ ਲੇਜੈਂਡ ਦੇ ਬੀਸੀਸੀਆਈ ਦੀ ਮੈਡੀਕਲ ਟੀਮ ਉਹਨਾਂ ਦੀ ਜਾਂਚ ਕਰੇਗੀ ਮੌਸਮ ਵਿਭਾਗ ਦੇ ਅਨੁਸਾਰ ਪਲਕੇ 1 ਜਨਵਰੀ ਤੋਂ ਠੰਡ ਦੇ ਹੋਰ ਜ਼ੋਰ ਫੜਨ ਦੀ ਸੰਭਾਵਨਾ ਹੈ ਭਾਰਤੀ ਮੌਸਮ ਵਿਭਾਗ ਅਨੁਸਾਰ ਪੰਜਾਬ ਹਰਿਆਣਾ ਚੰਡੀਗੜ੍ਹ ਦਿੱਲੀ ਹਿਮਾਚਲ ਪ੍ਰਦੇਸ਼ ਵਿੱਚ ਆਉਂਦੇ 4-5 ਦਿਨਾਂ ਦੌਰਾਨ ਸੀਤ ਲਹਿਰ ਚੱਲ ਰਹਿਣ ਦੀ ਸੰਭਾਵਨਾ ਹੈ ਮੌਸਮ ਵਿਭਾਗ ਨੇ ਕਿਹਾ ਕਿ ਇਨ੍ਹਾਂ ਦਿਨਾਂ ਵਿੱਚ ਸੰਘਣੀ ਧੁੰਦ ਵੀ ਪੈ ਸਕਦੀ ਹੈ ਇਸੇ ਦੌਰਾਨ ਮੌਸਮ ਵਿਭਾਗ ਨੇ ਆਉਂਦੇ ਦਿਨਾਂ ਵਿੱਚ ਸਮੁੱਚੇ ਪੰਜਾਬ ਵਿੱਚ ਸੰਘਣੀ ਧੁੰਦ ਪੈਣ ਕੜਾਕਰੀ ਠੰਡ ਚੱਲ ਰਹਿਣ ਤੇ ਸੀਤ ਲਹਿਰ ਹੋਰ ਵਧਣ ਦੀ ਸੰਭਾਵਨਾ ਦੱਸਿਆ 3 ਜਨਵਰੀ ਤੱਕ ਦੇ ਲਈ yellow alert ਜਾਰੀ ਕੀਤਾ ਹੈ ਕਪਰੰਦੇ ਬੁਲੇਟਿਨ ਸਾਡੇ ਦਰਸ਼ਕ RNU DDK ਜਲੰਧਰ ਦੇ YouTube ਚੈਨਲ Facebook ਪੇਜ ਅਤੇ Twitter ਹੈਂਡਲ ਤੇ ਵੀ ਵੇਖ ਸਕਦੇ ਨੇ ਬੁਲੇਟਿਨ ਦੇਖੇ ਰਵੇ ਚੌਂਵੀਆਂ ਖਬਰਾਂ ਇੱਕ ਵਾਰ ਫਿਰ ਤੋਂ ਉਦੇਸ਼ ਮੰਤਰੀ ਡਾਕਟਰ ਸਚੇਂਕਰ ਯੂਰਪ ਦੀ ਆਪਣੀ ਯਾਤਰਾ ਲਈ ਦੁੱਜੇ ਪੜਾਅ ਤਹਿਤ ਅੱਜ ਆਸਟਰੀਆ ਚੜ੍ਹ ਗਏ ਭਾਜਪਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰਨ ਚੂਪ ਨੇ ਪੰਜਾਬ ਸਰਕਾਰ ਤੇ ਬਿਜਲੀ ਬਿੱਲਾਂ ਦੇ ਨਾਂ ਤੇ ਲੋਕਾਂ ਨੂੰ ਠੱਗਣ ਦਾ ਦੋਸ਼ ਲਗਾਇਆ। ਗੁਜਰਾਤ ਵਿੱਚ 6 ਇੱਕ ਸੜਕ ਹਾਦਸੇ ਵਿੱਚ 9 ਵਿਅਕਤੀਆਂ ਦੀ ਮੌਤ। ਮੌਸਮ ਵਿਭਾਗ ਨੇ ਕੱਲ ਤੋਂ ਠੰਡ ਦੇ ਹੋਰ ਜ਼ੋਰ ਫੜਨ ਦੀ ਸੰਭਾਵਨਾ ਦੱਸੀ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ ਇਜਾਜ਼ਤਿਓ ਨਮਸਕਾਰ